ਦਾ ਪੈਰ ਮੂਵ ਨਹੀਂ ਕਰਦਾ ਜੀ ਨਹੀਂ ਨਹੀਂ ਆਇਆ ਮੈਂ ਉਹਦੇ ਤੇ ਪਾਸ ਠੀਕ ਹੈ ਨਾ ਰਿਲੈਕਸ ਹੋ ਗਏ ਬਹੁਤ ਹੋ ਗਿਆ ਤਿੰਨ ਪ੍ਰਿੰਸੀਪਲ ਗੱਲ ਸਿਰਫ ਤਿੰਨ ਹੀ ਯਾਦ ਰੱਖੋ ਬਹੁਤ ਔਰ ਲਓ ਦੇਖੋ ਵੇਟ ਕਰੋ ਉਹਨੂੰ ਫਿਰ ਉੱਥੇ ਬਾਹਰ ਉਹਨੇ ਕਿਹਾ ਜੀ ਮੂਵ ਕਰਨਾ ਦੋਸਤ ਜਦੋਂ ਇੰਕਰੀਮੈਂਟ ਗੇਮ 'ਚ ਹੋਊਗਾ ਟਾਈਮ ਜਿਵੇਂ ਆਪਣਾ ਜਗ੍ਹਾ ਵੱਡੀ ਇੱਥੇ ਖੜਾ ਆ ਖੜਾ ਉਹਨਾਂ ਮੇਰੇ ਕੋਲ ਘੱਟ ਟਾਈਮ ਹੈ ਬਹੁਤ ਸਪੀਡ ਕਰਕੇ ਇੱਥੇ ਆ ਮੈਨੂੰ ਉਹਨਾਂ ਜ਼ਿਆਦਾ ਟਾਈਮ ਮਿਲ ਜਾਂਦਾ ਤਾਂ ਰਿਐਕਟ ਕਰਦਾ ਦੂਜਾ ਸਟ੍ਰੈਸ ਚ ਆਇਆ ਆਪੇ ਹੀ ਹੋ ਗਿਆ ਪਾਸ ਉਹ ਹੁੰਦਾ ਹੈ ਜਿਹੜਾ ਮੇਨ ਵਾਲੇ ਦੇ ਮੁਤਾਬਕ ਪਾਸ ਹੁੰਦਾ ਲੈਣ ਵਾਲੇ ਦੇਣ ਵਾਲੇ ਨੇ ਸਿਰਫ ਪੋਜੀਸ਼ਨ ਬਣਾਉਣੀ ਹੈ ਆਹ ਬਣਾ ਲਈ ਹਾਂ ਆਹ ਬਣਾ ਲਈ ਇਹਨੇ ਅਗਲਾ ਸਟੈਪ ਕੀ ਕਰਨਾ ਮੈਂ ਅਗਲਾ ਪੁਆਇੰਟ ਇਹਦਾ ਨਾਲ ਲਾ ਰਿਹਾ ਤਾਂ ਜੇ ਇਹਨੇ ਰਾਈਟ 'ਤੇ ਬਾਲ ਰਿਸੀਵ ਕਰਕੇ ਨਹੀਂ ਬਾਲ ਹਾਂ ਜੇ ਮੇਰਾ ਅਗਲਾ ਸਟੈਪ ਆਹ ਹੈ ਤਾਂ ਮੈਂ ਇੱਥੇ ਬਾਲ ਠੀਕ ਹੈ ਜੇ ਹੁਣ ਮੈਂ ਆਹ ਮੰਗ ਰਿਹਾ ਇਹਨੇ ਇੱਥੇ ਦੇ ਦਿੱਤੀ ਇਹਦਾ ਮਤਲਬ ਕੀ ਹੋਇਆ ਆਹ ਕੰਮ ਤਾਂ ਮੁੱਕਿਆ ਮੈਂ ਸੈਕੰਡ ਵਿੱਚ ਆਊਟ ਈਵਨ ਦੁਬਾਰਾ ਕਰਨਾ ਪਊਗਾ ਜਾਂ ਮੈਂ ਇਹਨੂੰ ਬਾਲ ਨੂੰ ਘੁੰਮਾ ਉਹਦੇ 'ਚ ਜਿਹੜਾ ਟਾਈਮ ਲੈਪਸ ਹੈ ਉਹ ਫਿਰ ਉਹਨੇ ਮੈਂ ਇੱਥੇ ਬਾਲ ਲਈ ਆਪਣੇ ਦਿਮਾਗ ਨਾਲ ਬਾਲ ਲਈ ਉਹ ਐ ਗਿਆ ਜਿਹੜੀ ਵੀ ਬਾਲ ਦੇਣੀ ਲੈਣ ਵਾਲੇ ਦੇ ਮੁਤਾਬਕ ਉਹਦੀ ਐਕੋਰੇਸੀ ਇੰਨੀ ਕਿ ਤੁਸੀਂ ਪੈਸੇ 'ਤੇ ਪਾਉਣਾ ਬਲਕਿ ਇੱਥੇ ਆਊਗੀ ਫਿਰ ਪੈਸੇ ਪਾਉਣਾ ਇਹਦੇ ਨਾਲ ਨਹੀਂ ਹੋਣਾ ਕਿੱਕ ਨਾਲ ਨਹੀਂ ਜਿਵੇਂ ਉਹਨੂੰ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦਿੰਦਾ ਲੱਗੂ ਤੇਜ਼ ਤੇਜ਼ ਲੱਗਦਾ ਸਾਨੂੰ ਇਹ ਕਿਉਂ ਹੁੰਦਾ ਪਤਾ ਨਹੀਂ ਹੱਥ ਨੂੰ ਮੈਂ ਦਿੱਤਾ ਬਾਲ ਆਈਡੀ ਪੋਜੀਸ਼ਨ ਆਈਡੀ ਠੀਕ ਹੈ ਫੁੱਟਵਰਕ ਹਰੇਕ ਦਾ ਡਿਫਰੈਂਟ ਹੋ ਜੋ ਮੇਰਾ ਜੀ ਦਾ ਉਹ ਮੇਰਾ ਨਹੀਂ ਹੋ ਸਕਦਾ ਜੋ ਮੇਰਾ ਉਹ ਮੇਰਾ ਨਹੀਂ ਹੋ ਸਕਦਾ ਉਹ ਆਈਡਲ ਕੰਡੀਸ਼ਨ ਹੈ ਆਪਾਂ ਨਹੀਂ ਹੋ ਸਕਦਾ ਉਹਨੇ ਕੀਤਾ ਪਰ ਆਪਾਂ ਹਰੇਕ ਪਰਫੈਕਟ ਹੋ ਸਕਦੇ ਜਿਵੇਂ ਆਪਣੇ ਠੀਕ ਹੈ ਜਿਹੜੀ ਹੋਰ ਕੁਕਰੀ ਕੱਪ ਲਗਾ ਲਈ ਵਨ ਲਾਸਟ ਜ਼ਿਆਦਾ ਨਹੀਂ